ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪੁਨੀਤ ਖੰਨਾ ਓਮ ਗਲੋਬਲ ਤੋਂ। ਮੈਂ ਤੁਹਾਡੇ ਲਈ ਅੱਜ ਲੈ ਕੇ ਆਇਆ ਉਸ ਚੀਜ਼ ਦਾ ਜਵਾਬ ਜਿਹੜੀ ਸੋਸ਼ਲ ਮੀਡੀਆ ਤੇ ਪਿਛਲੇ 10-15 ਦਿਨਾਂ ਤੋਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ। ਇੱਕ ਵੀਡੀਓ ਜਿਹੜੀ ਫੋਰ ਕੋਰਨਰਸ ਨੇ, ਇੱਕ ਮੀਡੀਆ ਕੰਸਲਟੈਂਸੀ ਇਨ ਆਸਟ੍ਰੇਲੀਆ, ਉਹਨੇ ਕੱਢੀ ਸੀ। ਉਸ ਵੀਡੀਓ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਸੁਣਨ ਨੂੰ ਮਿਲੀਆਂ ਕਿ ਆਸਟ੍ਰੇਲੀਆ ਬੰਦ ਹੋ ਗਿਆ, ਆਸਟ੍ਰੇਲੀਆ ਦੇ ਵੀਜ਼ੇ ਨਹੀਂ ਲੱਗ ਰਹੇ, ਬੱਚੇ ਡਿਪੋਰਟ ਹੋ ਗਏ ਜਾਂ ਡਿਪੋਰਟ ਹੋ ਜੂਗੇ। ਸੋ ਮੈਂ ਅੱਜ ਆਫਿਸ ਬੈਠਾ ਸੀਗਾ ਤੇ ਆਪਣੀ ਟੀਮ ਦੇ ਨਾਲ, ਤੇ ਗੱਲ ਹੋਈ ਕਿ ਇਸ ਰੈਗੂਲਰ ਸਾਡੇ ਵੀਜ਼ੇ ਆ ਰਹੇ ਆ, ਬਟ ਫਿਰ ਵੀ ਜਿਹੜਾ ਸਟੂਡੈਂਟ ਆਫਿਸ ਦੇ ਵਿੱਚ ਵਿਜ਼ਿਟ ਕਰ ਰਿਹਾ ਉਹ ਆ ਕੇ ਇੱਕ ਵਾਰੀ ਇਹ ਗੱਲ ਜ਼ਰੂਰ ਪੁੱਛਦਾ ਕਿ ਭਾਜੀ ਮੈਂ ਸੁਣਿਆ ਸ਼ਾਇਦ ਵੀਜ਼ੇ ਬੰਦ ਹੋ ਗਏ, ਜਾਂ ਆਸਟ੍ਰੇਲੀਆ 'ਚ ਇਦਾਂ ਦਾ ਕੀ ਹੋ ਗਿਆ ਜਿਹਦੇ ਕਰਕੇ ਇੱਕਦਮ ਰੌਲਾ ਪੈਣਾ ਸ਼ੁਰੂ ਹੋ ਗਿਆ। ਸੋ ਮੈਂ ਕੁਝ ਵੀਜ਼ਾ ਕਾਪੀਜ਼ ਕੱਢੀਆਂ ਜਿਹੜੀਆਂ ਪਿਛਲੇ ਹਫਤੇ ਦੀਆਂ ਵੀਜ਼ਾ ਕਾਪੀਜ਼ ਨੇ। ਇਹ ਵੀਜ਼ਾ ਕਾਪੀਜ਼ ਉਹਨਾਂ ਸਟੂਡੈਂਟਸ ਦੀਆਂ ਨੇ ਜਿਹੜੇ ਵੱਖਰੇ ਵੱਖਰੇ ਕਾਲਜਸ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਹੋਏ। ਉਹ ਸਟੂਡੈਂਟਸ ਨੇ ਜਿਹੜੇ ਆਸਟ੍ਰੇਲੀਆ ਜਾ ਕੇ ਆਪਣਾ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕਰਨਗੇ। ਤੁਸੀਂ ਵੀ ਆਸਟ੍ਰੇਲੀਆ ਜਾ ਸਕਦੇ ਹੋ, ਤੁਸੀਂ ਵੀ ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰ ਸਕਦੇ ਹੋ। ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਇਸ ਦਿਮਾਗ ਆਪਣੇ ਦਿਮਾਗ 'ਤੇ ਨਾ ਲਓ ਕਿ ਆਸਟ੍ਰੇਲੀਆ ਦਾ ਵੀਜ਼ਾ ਬੰਦ ਹੋ ਗਿਆ। ਮੈਂ ਵਾਰੀ ਵਾਰੀ ਤੁਹਾਨੂੰ ਡੇਟ ਬਾਈ ਡੇਟ ਦਿਖਾਊਂਗਾ ਕਿ ਪਿਛਲੇ ਹਫਤੇ 21 ਨੂੰ ਮੰਡੇ ਜਾਂ ਟਿਊਜ਼ਡੇ ਸੀਗਾ, ਮਨਪ੍ਰੀਤ ਸਟੂਡੈਂਟ ਇਹ 'ਚ ਕਾਫੀ ਚੀਜ਼ਾਂ ਮੈਂ ਪੈਨ ਦੇ ਨਾਲ ਇਰੇਜ਼ ਕੀਤੀਆਂ ਜਿਹਦੇ 'ਚ ਉਹਦਾ ਵੀਜ਼ਾ ਨੰਬਰ ਜਾਂ ਪਾਸਪੋਰਟ ਨੰਬਰ ਜਾਂ ਡੇਟ ਆਫ ਬਰਥ ਹੈ, ਸਟੂਡੈਂਟ ਦੇ ਲਾਸਟ ਨੇਮ ਹੈ, ਬਿਕੋਜ਼ ਪ੍ਰਾਈਵੇਸੀ ਐਕਟ ਦੇ ਤਹਿਤ ਮੈਂ ਤੁਹਾਨੂੰ ਇਹ ਚੀਜ਼ਾਂ ਨਹੀਂ ਦੱਸ ਸਕਦਾ। ਬਟ ਮਨਪ੍ਰੀਤ ਇਹ 21 ਮਈ ਨੂੰ ਵੀਜ਼ਾ ਗ੍ਰਾਂਟ ਹੋਇਆ, ਮਨਪ੍ਰੀਤ ਸਟੂਡੈਂਟ ਦਾ ਨਾਮ ਹੈ, 21 ਮਈ ਨੂੰ ਇਹਦਾ ਵੀਜ਼ਾ ਲੱਗਾ। ਦੈਨ ਅਗੇਨ 21 ਮਈ ਕੋਮਲਪ੍ਰੀਤ ਸਟੂਡੈਂਟ ਦਾ ਨਾਮ ਹੈ, 21 ਮਈ ਨੂੰ ਵੀਜ਼ਾ ਲੱਗਾ। ਆਹ ਵੀਜ਼ਾ ਦੀ ਕਾਪੀ ਹੈ ਤੁਹਾਡੇ ਸਾਹਮਣੇ, ਆ ਤੁਸੀਂ ਪੜ੍ਹ ਸਕਦੇ ਹੋ, ਉੱਪਰ ਨਾਮ ਲਿਖਿਆ, ਆਹ ਡੇਟ ਲਿਖੀ ਹੋਈ ਹੈ, ਵੀਜ਼ਾ ਕੈਟਾਗਰੀ ਲਿਖੀ ਹੋਈ ਹੈ, 500 ਕੈਟਾਗਰੀ ਦੇ ਵਿੱਚ ਵੀਜ਼ਾ ਲੱਗਾ, ਵਿੱਚ ਸਟੂਡੈਂਟ ਵੀਜ਼ਾ ਕੈਟਾਗਰੀ। ਅੱਗੇ ਆ ਜੀ ਆਪਾਂ 22 ਤਰੀਕ 'ਤੇ ਸਟੂਡੈਂਟ ਦਾ ਨਾਮ ਹੈਗਾ ਗੁਰਿੰਦਰ, ਆਹ ਸਟੂਡੈਂਟ ਦਾ ਵੀਜ਼ਾ ਹੈ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਡੇਟ, ਔਰ ਸਾਫ ਸਾਫ ਲਿਖਿਆ ਵੀ ਹੈਵ ਗ੍ਰਾਂਟਿਡ ਯੂ ਸਟੂਡੈਂਟ ਵੀਜ਼ਾ ਔਨ 22 ਮਈ। ਇਹਨੂੰ ਕੰਟੀਨਿਊ ਕਰੀਏ, ਅਗੇਨ 22 ਮਈ ਸਟੂਡੈਂਟ ਦਾ ਨਾਮ ਇਜ਼ ਗਗਨਦੀਪ, ਇਹ 22 ਮਈ ਨੂੰ ਫਿਰ ਦੁਬਾਰਾ ਇੱਕ ਹੋਰ ਵੀਜ਼ਾ ਗ੍ਰਾਂਟ ਹੋਇਆ। ਅੱਗੇ ਚੱਲੀਏ 22 ਮਈ ਸਿਮਰਜੀਤ ਸਟੂਡੈਂਟ ਦਾ ਨਾਮ ਹੈ, ਵੀਜ਼ਾ ਗ੍ਰਾਂਟਿਡ ਔਨ 22 ਮਈ। ਫਿਰ 22 ਮਈ ਸ਼ਾਇਦ ਇੱਕ ਚੰਗਾ ਦਿਨ ਸੀ ਜਿਹਦੇ 'ਚ 7-8 ਵੀਜ਼ੇ ਆਏ, ਰਾਕੇਸ਼ ਸਟੂਡੈਂਟ ਦਾ ਨਾਮ ਹੈ, ਵੀਜ਼ਾ ਗ੍ਰਾਂਟਿਡ ਔਨ 22 ਮਈ। ਅਗੇਨ ਆਸਟ੍ਰੇਲੀਅਨ ਗਵਰਨਮੈਂਟ, ਆਸਟ੍ਰੇਲੀਅਨ ਯੂਨੀਵਰਸਿਟੀ, ਆਸਟ੍ਰੇਲੀਆ ਜਾ ਕੇ ਇਸ ਸਟੂਡੈਂਟ ਨੇ ਵੀ ਪੜ੍ਹਾਈ ਕਰਨੀ ਹੈ। ਅਗੇਨ 22 ਮਈ ਯੁਵਰਾਜ ਸਟੂਡੈਂਟ ਦਾ ਨਾਮ ਹੈ, ਯੁਗਰਾਜ ਸਟੂਡੈਂਟ ਦਾ ਨਾਮ ਹੈ, 22 ਮਈ ਨੂੰ ਉਹਦਾ ਵੀਜ਼ਾ ਗ੍ਰਾਂਟ ਹੋਇਆ, ਆਹ ਵੀਜ਼ਾ ਤੁਸੀਂ ਦੇਖ ਸਕਦੇ ਹੋ। 23 ਮਈ ਅਰਸ਼ਪ੍ਰੀਤ ਸਿੰਘ ਜਾਂ ਕੌਰ, 24 ਮਈ ਸ਼ਿਵਮ। ਸੋ ਵੀਜ਼ਾਜ਼ ਰੈਗੂਲਰ ਤੁਸੀਂ ਦੇਖ ਸਕਦੇ ਹੋ। ਅਗੇਨ 24 ਮਈ ਸਟੂਡੈਂਟ ਦਾ ਨਾਮ ਪ੍ਰਦੀਪ, ਫਿਰ ਸੈਟਰਡੇ ਸੰਡੇ ਸੀਗਾ, ਐਂਡ ਦੈਨ 28th ਜੋ ਕਿ ਅੱਜ ਦੀ ਡੇਟ ਹੈ, 28th ਨੂੰ ਸਟੂਡੈਂਟ ਦਾ ਨਾਮ ਹੈ ਹਰਪ੍ਰੀਤ। ਸੋ ਇਹ 8-10 ਵੀਜ਼ੇ ਸਿਰਫ ਇਹ ਦਿਖਾਉਣ ਲਈ ਤੁਹਾਨੂੰ ਕਿ ਆਸਟ੍ਰੇਲੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਇਦਾਂ ਦਾ ਕੁਝ ਨਹੀਂ ਕਿ ਸਟੂਡੈਂਟ ਵੀਜ਼ਾ ਬੰਦ ਹੋ ਗਿਆ, ਵੀਜ਼ਾ ਹਜੇ ਵੀ ਲੱਗ ਰਹੇ ਨੇ, ਕੋਈ ਰੂਲਸ ਦੇ ਵਿੱਚ ਚੇਂਜ ਨਹੀਂ ਹੋਈ, ਕਿਸੇ ਤਰ੍ਹਾਂ ਦੀ ਐਲੀਜੀਬਿਲਿਟੀ ਕ੍ਰਾਈਟੀਰੀਆ ਦੇ ਵਿੱਚ ਚੇਂਜਸ ਨਹੀਂ ਹੋਏ। ਕੋਈ ਵੀ ਇਨਫੋਰਮੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ ਸਾਡਾ ਮੈਲਬਨ ਆਫਿਸ ਹੈ, ਉੱਥੇ ਕਾਲ ਕਰਕੇ ਪੁੱਛੋ ਕੀ ਹੋ ਰਿਹਾ, ਇੰਡੀਆ ਆਫਿਸਿਸ ਦੇ ਵਿੱਚ ਫੋਨ ਕਰਕੇ ਪੁੱਛੋ, ਤੁਹਾਡੇ ਰਿਲੇਟਿਵਸ ਰਹਿੰਦੇ ਉਹਨਾਂ ਨੂੰ ਪੁੱਛੋ ਕਿ ਕੀ ਸਟੂਡੈਂਟ ਅਜੇ ਵੀ ਆਸਟ੍ਰੇਲੀਆ ਜਾ ਰਿਹਾ। ਸੋ ਜਿਹੜੀ ਚੀਜ਼ ਕਹਿੰਦੇ ਆ ਕਿ ਅੰਗੂਰ ਖੱਟੇ ਆ, ਉਹ ਵਾਲਾ ਹਿਸਾਬ ਹੈ ਕਿ ਜਿਹਦੇ ਹੱਥੋਂ ਅੰਗੂਰ ਨਹੀਂ ਆ ਰਹੇ ਉਹਨੇ ਕਹਿਣਾ ਹੀ ਹੈ ਕਿ ਹਾਂਜੀ ਇਹ ਅੰਗੂਰ ਖੱਟੇ ਨੇ।
ਆਸਟ੍ਰੇਲੀਆ ਦਾ ਵੀਜ਼ਾ ਲੱਗ ਰਿਹਾ, ਤੁਸੀਂ ਵੀ ਵੀਜ਼ਾ ਲਵਾਉਣਾ ਚਾਹੁੰਦੇ ਹੋ, ਸਾਡੀ ਟੀਮ ਨਾਲ ਸੰਪਰਕ ਕਰੋ, ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰੋ, ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਤੇ ਆਪਣਾ ਨੰਬਰ ਸੈਂਡ ਕਰੋ, ਅਸੀਂ ਤੁਹਾਨੂੰ ਕਾਲ ਕਰਾਂਗੇ ਔਰ ਸਾਰੀ ਜਾਣਕਾਰੀ ਦੇਵਾਂਗੇ। ਸ਼ੁਕਰੀਆ, ਧੰਨਵਾਦ।